नमस्कार, हलचल में आपका स्वागत है। सबसे पहले नजर डालते हैं अपने शहर और आसपास की हलचल पर। अमृतसर कैंट में नशे की ओवरडोज की वजह से एक नौजवान की हुई मौत, पुलिस जांच में जुटी। जालंधर से सांसद चरणजीत सिंह चन्नी ने कांग्रेसी उम्मीदवार के हक में मिठू बस्ती में चलाया डोर टू डोर संपर्क अभियान। कांग्रेसी उम्मीदवार सुरेंद्र कौर के लिए मांगे वोट। जालंधर पश्चिम चुनावों के संदर्भ में मुख्यमंत्री पंजाब की पत्नी डॉक्टर गुरप्रीत कौर ने भार्गव कैंप में नुक्कड़ सभा को किया संबोधित। आप उम्मीदवार मोहिंदर भगत को वोट डालने की अपील। और अब हलचल विस्तार से। पंजाब में आए दिन नशे के कारण नौजवानों की मौत हो रही है, जिसका ताज़ा मामला अमृतसर कैंट से सामने आया है, जहां एक 24 वर्षीय नौजवान की नशे की ओवरडोज की वजह से मौत हो गई। इस मौके पर इलाका वासियों ने कहा कि उनके इलाके में सरेआम नशा बिक रहा है, नशे की होम डिलीवरी हो रही है, लेकिन प्रशासन की ओर से इस इलाके पर कोई ध्यान नहीं दिया जा रहा। इसलिए उन्होंने सरकार से अपील की है कि उनके इलाके में से नशा खत्म किया जाए। तो वहीं इस मौके पर थाना कंटोनमेंट के पुलिस अधिकारी सतनाम सिंह ने बताया कि उन्हें सूचना मिली थी कि एक नौजवान की नशे की ओवरडोज से मौत हो गई है, जिसके बाद वे मौके पर पहुंचे हैं। वहीं मृतक की पहचान संजू के तौर पर हुई है। वही उन्होंने बताया कि वहां पर उक्त युवक बेहोशी की हालत में पड़ा हुआ था। फिलहाल 108 एम्बुलेंस को फोन कर बुलाया गया। उन्होंने कहा कि ये तो डॉक्टर ही बता सकते हैं कि युवक मृतक है या जीवित। अमृतसर से हलचल के लिए सुनील खोसला की रिपोर्ट। मेरा नाम जी वरुण सरीन है, मैं सदर बाजार अमृतसर कैंट का रहने वाला हाँ। अज तकरीबन 12-1 बजे एक इतने लड़का वा संजू, ਠੀਕ ਆ, ਜੋ ਕਿ ਡਰੱਗ ਅਡਿਕਟਿਡ ਆ, ਉਹ ਇੱਥੇ ਸੜਕ 'ਤੇ ਡਿੱਗ ਪਿਆ। ਨਸ਼ੇ ਦੀ ਬਹੁਤ ਜ਼ਿਆਦਾ ਓਵਰਡੋਜ਼ ਲੈ ਲਈ ਉਹਨੇ, ਅਤੇ ਉਹਨੂੰ ਅਸੀਂ ਚੁੱਕ ਕੇ ਕਿਸੇ ਦੁਕਾਨ 'ਚ ਬਹਾਇਆ, ਪੱਖਾ ਪੁੱਖਾ ਚਲਾਇਆ ਤਾਂ ਕਿ ਉਹ ਠੀਕ ਹੋ ਜਾਵੇ, ਬਟ ਉਹ ਨੋਰਮਲ ਨਹੀਂ ਹੋਇਆ। ਅਸੀਂ ਮੌਕੇ 'ਤੇ ਕੰਟੋਨਮੈਂਟ SHO ਸਾਹਿਬ ਨਾਲ ਗੱਲ ਕੀਤੀ, ਉਹਨਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਇੱਥੇ ਮੁਲਾਜ਼ਮ ਭੇਜੇ ਨੇ, ਅਤੇ ਹੁਣ ਉਹਨੂੰ 108 'ਤੇ ਹੋਸਪਿਟਲ ਲੈ ਕੇ ਗਏ ਨੇ। ਦੇਖਣ ਨੂੰ ਕੀ ਲੱਗਦਾ? ਦੇਖਣ ਨੂੰ ਇਹੀ ਓ ਲੱਗਣ ਦਿਆ ਜੀ, ਬਹੁਤ ਘੱਟ ਉਮੀਦ ਆ ਉਹਦੀ ਬਚਣ ਦੀ, ਕਿਉਂਕਿ ਬਹੁਤ ਮਾੜੇ ਹਾਲਾਤ ਨੇ ਉਹਦੇ, ਅਤੇ ਸ਼ਾਇਦ ਹੀ ਉਹ ਬਚੇ। ਨਸ਼ਾ ਉਹਨੇ ਕਿਹੜਾ ਕੀਤਾ ਸੀਗਾ? ਨਸ਼ਾ ਜੀ ਕੋਈ ਵੀ, ਤੁਸੀਂ ਇਹ ਸਦਰ ਬਾਜ਼ਾਰ ਕੈਂਟ ਆ, ਮੈਂ ਤੁਹਾਨੂੰ ਖੁੱਲ੍ਹ ਕੇ ਦੱਸਣਾ ਚਾਹਾਂਗਾ, ਇੱਥੇ ਕੋਈ ਵੀ ਨਸ਼ਾ ਪ੍ਰੋਵਾਈਡ ਹੋ ਜਾਂਦਾ, ਚਾਹੇ ਤੁਸੀਂ ਸਮੈਕ ਪੀਣੀ ਹੈ, ਟੀਕੇ ਲਾਉਣੇ, ਚਰਸ ਲੈਣੀ ਹੈ, ਕੁਛ ਵੀ ਇੱਥੋਂ ਮਿਲ ਜਾਂਦਾ ਵਾ। ਯੂਥ ਦਾ ਬੇੜਾ ਗਰਕ ਹੁੰਦਾ ਇੱਥੋਂ ਦਾ, ਬੱਚੇ ਛੋਟੇ ਛੋਟੇ ਬੱਚੇ ਨਸ਼ਿਆਂ 'ਤੇ ਆਉਂਦੇ ਨੇ। ਅਸੀਂ ਅੱਗੇ ਵੀ ਬੜੀ ਪ੍ਰਸ਼ਾਸਨ ਨੂੰ ਜਾ ਕੇ ਬੇਨਤੀ ਕਰ ਰਹੇ ਹਾਂ, ਹੁਣ ਤਾਂ ਹਾਲਾਤ ਵੱਧ ਤੋਂ ਬਦਤਰ ਹੋ ਗਏ। ਅੱਜ ਅਸੀਂ ਕੈਮਰੇ ਸਾਹਮਣੇ ਆਉਣਾ ਪੈ ਗਿਆ, ਅੱਗੇ ਪਰਸਨਲੀ ਤੌਰ 'ਤੇ ਮਿਲ ਕੇ ਆਉਂਦੇ ਰਹੇ ਹਾਂ, ਕਿਉਂਕਿ ਜੇ ਤਾਂ ਕੰਪਲੇਂਟ ਦੇਵੋ ਪੁਲਿਸ ਨੂੰ ਤਾਂ ਪੁਲਿਸ ਦਾ ਪਹਿਲਾਂ ਕੀ ਕੰਮ ਹੁੰਦਾ ਵਾ ਕਿ ਜਿਹਦੇ ਖਿਲਾਫ਼ ਕੰਪਲੇਂਟ ਹੋਵੇ ਉਹਨੂੰ ਦੱਸ ਦਿੰਦੀ ਆ ਕਿ ਤੁਹਾਡੇ ਖਿਲਾਫ਼ ਫਲਾਣੇ ਬੰਦੇ ਨੇ ਕੰਪਲੇਂਟ ਦਿੱਤੀ, ਫਿਰ ਵੈਰ ਪੈਂਦੇ ਨੇ। ਲੇਕਿਨ ਹੁਣ ਜਿਹੜੇ SHO ਸਾਹਿਬ ਆਏ ਨੇ, ਸਾਨੂੰ ਉਹਨਾਂ ਤੋਂ ਬਹੁਤ ਉਮੀਦ ਆ ਕਿ ਉਹ ਨਸ਼ੇ ਨੂੰ ਠੱਲ ਪਾਉਣਗੇ, ਕਿਉਂਕਿ ਨਸ਼ੇ ਨਾਲ ਕਈ ਘਰ ਉਜੜ ਗਏ ਨੇ ਅਤੇ ਗਾਂ ਕਈ ਘਰ ਉਜੜ ਜਾਣੇ ਜੀ। ਕਿੱਥੋਂ ਨਸ਼ਾ ਕਿੱਥੋਂ ਮੇਰੇ ਲੈ ਰਹੇ ਨੇ ਸਾਨੂੰ? ਇਹ ਨਹੀਂ ਜੀ ਪਤਾ, ਵੇਖੋ ਇੱਥੇ ਤਾਂ ਇਹ ਹਿਸਾਬ ਆ ਹੋਮ ਡਿਲੀਵਰੀਆਂ ਤੱਕ ਹੋਣ ਲੱਗ ਪਈਆਂ ਵਾ, ਕਿਉਂਕਿ ਇਹ ਇਹਨਾਂ ਨੂੰ ਜਾਣ ਦੀ ਕਿਤੇ ਲੋੜ ਪੈਂਦੀ ਨਹੀਂ ਹੈ, ਮੁੰਡੇ ਇੱਥੇ ਆ ਕੇ ਨਸ਼ਾ ਦੇ ਜਾਂਦੇ ਨੇ। ਜਿਹੜਾ ਨੌਜਵਾਨ ਹੈ, ਇਹਦੀ ਉਮਰ ਕਿੰਨੀ ਹੈ, ਕਿੱਧਰ ਦਾ ਰਹਿਣ ਵਾਲਾ? ਇਹ 22-24 ਸਾਲ ਤੋਂ ਜ਼ਿਆਦਾ ਉਮਰ ਨਹੀਂ ਹੈ, ਸੰਜੂ ਇਹਦਾ ਨਾਮ ਆ,
ਪਹਿਲਾਂ ਕੈਂਟ 'ਚ ਰਹਿੰਦਾ ਸੀਗਾ, ਹੁਣ ਇਹ ਕਿਤੇ ਮਾਲਾ ਸਾਈਡ ਸ਼ਿਫਟ ਹੋ ਗਏ ਨੇ, ਬਟ ਇਹ ਇੱਥੇ ਹੀ ਘੁੰਮਦਾ ਫਿਰਦਾ ਰਹਿੰਦਾ ਵਾ। ਕੀ ਹਾਲਾਤ ਕੀ ਹੈ ਤੁਹਾਡੇ ਇਲਾਕੇ ਦੇ ਵਿੱਚ? ਹਾਲਾਤ ਬਦ ਤੋਂ ਬਦਤਰ ਆ ਜੀ, ਮੈਂ ਤੁਹਾਨੂੰ ਅੱਗੇ ਵੀ ਦੱਸਣ ਦਿਆਂ, ਜਿਹੜੀ ਯੂਥ ਆ ਜਾਂ ਜਨਰੇਸ਼ਨ ਗਾਂਹ ਵਾਲੀ ਆ, ਸਭ ਨਸ਼ੇ 'ਤੇ, ਇੱਕ ਸਿਗਰਟ ਤੋਂ ਲੈ ਕੇ ਸਮੈਕ ਤੱਕ, ਟੀਕੇ ਤੱਕ, ਸਭ ਇੱਥੇ ਨਸ਼ਾ ਚੱਲਣ। ਪੰਜਾਬ ਸਰਕਾਰ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ। ਹਾਂ, ਰੰਗਲਾ ਪੰਜਾਬ ਇੱਥੇ ਭੇਜੋ, ਹਾਂ, ਜਿਹੜਾ ਕਹਿੰਦਾ ਰੰਗਲਾ ਪੰਜਾਬ, ਬੇੜਾ ਗਰਗ ਕਰਤਾ, ਲੋਕਾਂ ਦੇ ਘਰਾਂ ਦੇ ਘਰ ਉਜੜਨ ਦੇ ਨੇ, ਮਾਵਾਂ ਰੋਂਦੀਆਂ, ਪਿੱਟਦੀਆਂ ਬੱਚਿਆਂ ਮਗਰ ਭੱਜਦੀਆਂ ਵਾ ਕਿ ਸਾਡਾ ਬੱਚਾ ਕਿਤੇ ਨਸ਼ਾ ਨਾ ਕਰ ਲਏ ਤੇ ਇੱਥੇ ਹਟਦਾ ਵਾ ਕੋਈ। ਮੈਂ ਕਹਿੰਦਾ ਜਿਹੜਾ ਵੀ ਕਹਿੰਦਾ ਰੰਗਲਾ ਪੰਜਾਬ, ਇੱਕ ਵਾਰ ਕੈਂਟੀ ਭੇਜ ਦਿਓ, ਕਿਸੇ ਹੋਰ ਥਾਂ ਜਾਣ ਦੀ ਲੋੜ ਨਹੀਂ ਆ। ਬਹੁਤ ਵੱਧ ਤੋਂ ਬਦਤਰ ਆ, ਨਸ਼ਾ ਬਹੁਤ ਜ਼ਿਆਦਾ ਵੱਧ ਗਿਆ ਜੀ ਇੱਥੇ। ਕਦੇ ਇਲਾਕੇ ਦੇ MLA ਤੱਕ ਤੁਸੀਂ ਪਹੁੰਚ ਨਹੀਂ ਕੀਤੀ? ਭਾਜੀ, MLA ਜਦੋਂ ਇਲੈਕਸ਼ਨ ਹੁੰਦੇ ਉਦੋਂ MLA ਸਾਡੇ ਤੱਕ ਪਹੁੰਚ ਕਰਦੇ, ਅਤੇ ਬਾਅਦ 'ਚ ਪੁੱਛ ਗਿੱਛਣ, ਉਹਨਾਂ ਨੇ ਆਉਣਾ ਕਿ ਅਸੀਂ ਆਉਣਾ, ਅਸੀਂ ਤਾਂ ਪੁਲਿਸ ਤੱਕ ਪਹੁੰਚ ਕਰਨੀ ਆ, ਉਹਨਾਂ ਨੇ ਬਾਅਦ 'ਚੋਂ ਕਹਿਣਾ ਜੀ ਥਾਣੇ ਜਾ ਕੇ ਰਿਪੋਰਟ ਲਿਖਾਓ, ਅਸੀਂ ਤਾਂ ਥਾਣੇ ਦਾ ਤੁਹਾਨੂੰ ਅੱਗੇ ਆਪ ਬੀਤੀ ਦੱਸਤੀ ਆ, ਅਸੀਂ ਥਾਣੇ ਪਹਿਲਾਂ ਹੀ ਕਹਿ ਤਾਂ ਹੋਇਆ ਵਾ, ਲੇਕਿਨ ਹੁਣ ਵਾਲੇ ਜਿਹੜੇ SHO ਸਾਹਿਬ ਨੇ ਉਹਨਾਂ ਨਾਲ ਜ਼ਰੂਰ ਗੱਲ ਹੋਈ ਸੀ, ਤਾਂ ਉਹਨਾਂ ਨੇ ਸਾਨੂੰ ਉਮੀਦ ਵੀ ਜਤਾਈ ਆ ਕਿ ਉਹ ਠੱਲ ਪਾਉਣਗੇ, ਅਤੇ ਬਾਕੀ ਉਹਨਾਂ 'ਤੇ ਡਿਪੈਂਡ ਕਰਦਾ ਉਹ ਕੀ ਕਰਦੇ। ਨਹੀਂ, ਸਾਡੇ ਸੀਨੀਅਰ ਅਫਸਰਾਂ ਨੂੰ ਪੁੱਛ ਲਓ ਜੋ ਵੀ ਆ, ਥੋੜ੍ਹੇ ਨਹੀਂ ਥੋੜ੍ਹੇ ਦੱਸ ਦਿਓ ਤੁਸੀਂ ਆਏ ਮੌਕੇ 'ਤੇ ਆਏ ਮਾੜਾ ਜਿਹਾ। ਅੱਜ ਇੱਕ ਸੂਚਨਾ ਮਿਲੀ ਸੀ ਕਿ ਆਪਣੇ ਸਦਰ ਕੈਂਟਰ ਕੋਈ ਨੌਜਵਾਨ ਜਿਹੜਾ ਵਾ ਗਰਮੀ ਗੁਰਮੀ ਕਰਕੇ, ਚਾਹੇ ਕਿਸ ਤਰੀਕੇ ਦੇ ਨਾਲ ਇੱਥੇ ਪਿਆ ਵਾ, ਅਤੇ ਮਤਲਬ ਮੌਕੇ 'ਤੇ ਪਹੁੰਚੋ। ਜੋ ਮੌਕੇ 'ਤੇ ਆਇਆ ਵਾ, ਉਹ ਪੱਖੇ ਥੱਲੇ ਪਿਆ, ਉਹਨੂੰ ਚੈੱਕ ਚੁੱਕ ਕਰਾਇਆ, ਹਾਰਟ ਬੀਟ 108 'ਤੇ ਟੈਲੀਫੋਨ ਕੀਤਾ ਵਾ, ਉਹ ਆ ਗਈ ਆ, ਬਸ ਇਹਨਾਂ ਨੂੰ ਜੋ ਵੀ ਇਹਦਾ ਡਾਕਟਰ ਇਲਾਕਾ ਕਿਹੜਾ ਅਤੇ ਕਿੰਨੀ ਉਮਰ ਕਿੰਨੀ ਇਹ ਸਦਰ ਦਾ ਜੀ? ਇਹਦੇ ਮੰਮੀ ਡੈਡੀ ਦੀ ਡੈਥ ਦੱਸਦੇ ਹੋ ਗਈ ਆ, ਅਤੇ ਬਾਕੀ ਇਹਦਾ ਪਤਾ ਕਰਦੇ ਹਾਂ ਵਾਰਸ ਕੌਣ ਆ। ਕੀ ਨਾਂ? ਕੀ ਮੁੰਡੇ ਦਾ ਪਤਾ? ਸੰਜੇ, ਸੰਜੇ ਨਾਂ, ਮਤਲਬ ਸੰਜੂ। ਨਸ਼ੇ ਦੱਸਦੀ ਹੈ ਜੀ? ਇਹ ਨਹੀਂ ਕੁਝ ਕਹਿ ਸਕਦੇ ਬਿਲਕੁਲ ਜੀ। ਸਰ ਮੁਹੱਲਾ ਵੱਲੇ ਵੀ ਕਹਿ ਰਹੇ ਕਿ ਇੱਥੇ ਨਸ਼ਾ ਬੜਾ ਵਿਕਦਾ ਅਤੇ ਨਸ਼ਾ ਹੀ ਕੀਤਾ ਹੋਇਆ ਤੁਹਾਨੂੰ ਕਹਿੰਦੇ। ਨਹੀਂ, ਇਹਦੇ ਬਾਰੇ ਆਪਾਂ ਨੂੰ ਹਜੇ ਕੋਈ ਪਤਾ ਨਹੀਂਗਾ, ਬਾਕੀ ਵੈਰੀਫਾਈ ਕਰਦੇ ਹਾਂ ਸਰ। ਹੈਗੇ ਲੜਕੇ 'ਚ ਜੀ? ਹਾਂਜੀ, ਹਾਂਜੀ। ਜਲੰਧਰ ਪੱਛਮ ਉਪ ਚੁਣਾਵ ਵਿੱਚ ਕਾਂਗਰਸ ਨੇ ਆਪਣੀ ਪੂਰੀ ਤਾਕਤ ਝੋਂਕਦੀ ਹੈ। ਜਲੰਧਰ ਦੇ ਸਾਂਸਦ ਚਰਨਜੀਤ ਸਿੰਘ ਚੰਨੀ ਨੇ ਬਸਤੀ ਮਿੱਠੂ ਮੀ ਆਯੋਜਿਤ ਡੋਰ ਟੂ ਡੋਰ ਚੁਣਾਵ ਪ੍ਰਚਾਰ ਵਿੱਚ ਕਾਂਗਰਸ ਕੀ ਉਮੀਦਵਾਰ ਬੀਬੀ ਸੁਰਿੰਦਰ ਕੌਰ ਕੇ ਲਈ ਵੋਟ ਮੰਗੇ। ਇਸ ਮੌਕੇ ਪਰ ਜਲੰਧਰ ਕੈਂਟ ਦੇ ਵਿਧਾਇਕ ਪ੍ਰਗਟ ਸਿੰਘ, ਆਦਮਪੁਰ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਵਰਿਸ਼ਠ ਕਾਂਗਰਸੀ ਨੇਤਾ ਰਾਜਕੁਮਾਰ ਵੇਰਕਾ, ਪੂਰਵ ਵਿਧਾਇਕ ਰਜਿੰਦਰ ਬੇਰੀ ਔਰ ਸਥਾਨੀ ਕਾਂਗਰਸੀ ਸਮਰਥਕ ਵੀ ਉਪਸਥਿਤ ਥੇ। ਤੋ ਵਹੀਂ ਜਲੰਧਰ ਸੇ ਸਾਂਸਦ ਚਰਨਜੀਤ ਸਿੰਘ ਚੰਨੀ ਕਾ ਬਸਤੀ ਮਿੱਠੂ ਮੇਂ ਜ਼ੋਰਦਾਰ ਸਵਾਗਤ ਕੀਆ ਗਿਆ, ਲੋਗੋਂ ਨੇ ਫੁੱਲੋਂ ਕੀ ਵਰਸ਼ਾ ਕਰ ਉਨਕਾ ਅਭਿਨੰਦਨ ਕੀਆ। ਵਹੀਂ ਉਨ੍ਹੋਂਨੇ ਕਿਹਾ ਕਿ ਕਾਂਗਰਸ ਹੀ ਵਹਿ ਪਾਰਟੀ ਹੈ ਜੋ ਜਨਤਾ ਕੀ ਸਮੱਸਿਆਵਾਂ ਕੋ ਸਮਝਤੀ ਹੈ ਔਰ ਉਨਕੇ ਸਮਾਧਾਨ ਕੇ ਲੀਏ ਪ੍ਰਤੀਬੱਧ ਹੈ। ਇਸ ਮੌਕੇ ਪਰ ਜਲੰਧਰ ਕੈਂਟ ਸੇ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਕਿ ਆਜਕਲ ਕੀ ਰਾਜਨੀਤੀ ਮੇਂ ਦਲ ਬਦਲਨੇ ਕਾ ਚਲਨ ਬੜ ਗਿਆ ਹੈ, ਜਿਸਸੇ ਰਾਜਨੀਤੀ ਕਾ ਸਤਰ ਗਿਰਤਾ ਜਾ ਰਹਾ ਹੈ। ਕਾਂਗਰਸ ਹਮੇਸ਼ਾ ਆਪਣੇ ਸਿਧਾਂਤੋਂ ਪਰ ਅਡਿਗ ਰਹੀ ਹੈ ਔਰ ਹਮ ਜਨਤਾ ਕੇ ਵਿਸ਼ਵਾਸ ਪਰ ਖਰੇ ਉਤਰੇਂਗੀ। ਵਹੀਂ ਡੋਰ ਟੂ ਡੋਰ ਚੁਣਾਵ ਪ੍ਰਚਾਰ ਮੇਂ ਬੀਬੀ ਸੁਰਿੰਦਰ ਕੌਰ ਨੇ ਕਿਹਾ ਕਿ ਉਨ੍ਹੇਂ ਜਨਤਾ ਕਾ ਅਪਾਰ ਸਮਰਥਨ ਮਿਲ ਰਿਹਾ ਹੈ ਔਰ ਵੇ ਇਸ ਵਿਸ਼ਵਾਸ ਕੋ ਟੂਟਨੇ ਨਹੀਂ ਦੇਂਗੀ। ਉਨ੍ਹੋਂਨੇ ਕਿਹਾ ਕਿ ਉਨਕੀ ਪਾਰਟੀ ਨੇ ਹਮੇਸ਼ਾ ਜਨਹਿਤ ਮੇਂ ਕਾਮ ਕੀਆ ਹੈ ਔਰ ਆਗੇ ਵੀ ਕਰਤੀ ਰਹੇਂਗੀ। ਇਸ ਦੌਰਾਨ ਵਿਧਾਇਕ ਪ੍ਰਗਟ ਸਿੰਘ ਨੇ ਮੁੰਨ ਨੇਤਾਓਂ ਪਰ ਵੀ ਤੰਜ ਕਸਾ ਜੋ ਪਾਰਟੀ ਬਦਲਤੇ ਰਹਿਤੇ ਹੈ। ਉਨ੍ਹੋਂਨੇ ਕਿਹਾ ਕਿ ਐਸੇ ਲੋਕ ਕੇਵਲ ਆਪਣੀ ਸਵਾਰਥ ਕੇ ਲਈ ਰਾਜਨੀਤੀ ਮੇਂ ਆਤੇ ਹੈ, ਜਨਤਾ ਅਬ ਸਮਝਦਾਰ ਹੋ ਚੁੱਕੀ ਹੈ ਔਰ ਵੇ ਸਹੀ ਉਮੀਦਵਾਰ ਕਾ ਚਯਨ ਕਰੇਂਗੀ। ਜਲੰਧਰ ਸੇ ਹਲਚਲ ਕੇ ਲਈ ਕੈਮਰਾਮੈਨ ਰਜਨੀਸ਼ ਸ਼ਰਮਾ ਕੀ ਰਿਪੋਰਟ। ਜਲੰਧਰ ਪੱਛਮ ਉਪ ਚੁਣਾਵ ਕੇ ਸੰਦਰਭ ਮੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਭਾਰਗਵ ਕੈਂਪ ਮੇਂ ਇੱਕ ਨੁੱਕੜ ਸਭਾ ਕੋ ਸੰਬੋਧਿਤ ਕੀਆ। ਉਨ੍ਹੋਂਨੇ ਤਪਤੀ ਧੂਪ ਮੇਂ ਵੀ ਉਨਕੀ ਬਾਤ ਸੁਣਨੇ ਕੇ ਲਈ ਉਪਸਥਿਤ ਸਭੀ ਮਤਦਾਤਾਓਂ ਕੋ ਹਾਰਦਿਕ ਧੰਨਵਾਦ ਕੀਆ। ਵਹੀ ਉਨ੍ਹੋਂਨੇ ਸਭਾ ਮੇਂ ਜ਼ੋਰ ਦੇਕਰ ਕਿਹਾ ਕਿ ਜਲੰਧਰ ਪੱਛਮ ਉਪ ਚੁਣਾਵ ਸ਼ੀਤਲ ਉਂਗਰਾਲ ਦੁਆਰਾ ਜ਼ਬਰਦਸਤੀ ਥੋਪੇ ਗਏ ਹਨ। ਉਨ੍ਹੋਂਨੇ ਆਪਣੇ ਨਿੱਜੀ ਸਵਾਰਥ ਕੇ ਲਈ ਜਲੰਧਰ
ਪੱਛਮ ਕੀ ਸੀਟ ਸੇ ਇਸਤੀਫਾ ਦੀਆ। ਡਾਕਟਰ ਗੁਰਪ੍ਰੀਤ ਕੌਰ ਨੇ ਆਰੋਪ ਲਗਾਇਆ ਕਿ ਜਲੰਧਰ ਪੱਛਮ ਕੇ ਲੋਕ ਸ਼ੀਤਲ ਅਗਰਵਾਲ ਪਰ ਅਟੂਟ ਵਿਸ਼ਵਾਸ ਰੱਖਤੇ ਥੇ, ਲੇਕਿਨ ਉਨ੍ਹੋਂਨੇ ਲੋਕੋ ਕੀ ਭਾਵਨਾਓਂ ਕੋ ਠੇਸ ਪਹੁੰਚਾਈ ਹੈ। ਅਬ ਵੇ ਕਿਸ ਮੂੰਹ ਸੇ ਫਿਰ ਸੇ ਵੋਟ ਮਾਂਗਨੇ ਆਏ ਹੈ। ਤੋ ਵਹੀਂ ਸਭਾ ਮੇਂ ਉਪਸਥਿਤ ਲੋਕੋਂ ਨੇ ਡਾਕਟਰ ਗੁਰਪ੍ਰੀਤ ਕੌਰ ਕੀ ਬਾਤੋਂ ਕੋ ਗੰਭੀਰਤਾ ਤੇ ਸੇ ਸੁਣਾ ਔਰ ਆਪਣਾ ਸਮਰਥਨ ਵਿਅਕਤ ਕੀਆ। ਆਪਣੇ ਸੰਬੋਧਨ ਕੇ ਦੌਰਾਨ ਡਾਕਟਰ ਗੁਰਪ੍ਰੀਤ ਕੌਰ ਨੇ ਜਨਤਾ ਸੇ ਅਪੀਲ ਕੀ ਕਿ ਵੇ ਆਪਣੇ ਮਤਾਧਿਕਾਰ ਕਾ ਵਿਵੇਕਪੂਰਨ ਉਪਯੋਗ ਕਰੇ ਔਰ ਆਮ ਆਦਮੀ ਪਾਰਟੀ ਕੇ ਉਮੀਦਵਾਰ ਮਹਿੰਦਰ ਭਗਤ ਕੋ ਆਪਣਾ ਵੋਟ ਦੇ ਤਾਂ ਕਿ ਜਲੰਧਰ ਪੱਛਮ ਕਾ ਭਵਿਸ਼ਯ ਸੁਰੱਖਿਅਤ ਹੋ ਸਕੇ। ਇਸ ਮੌਕੇ ਪਰ ਪੂਰਵ ਡਿਪਟੀ ਮੇਅਰ ਪ੍ਰਵੇਸ਼ ਟਾਂਗਰੀ, ਈਸ਼ ਟਾਂਗਰੀ ਵਿਧਾਇਕ ਜੀਵਨਜੋਤ, ਅਮਨਦੀਪ ਸੰਧੂ ਔਰ ਅਨੇ ਕਈ ਗਣਮਾਨਯ ਵਿਅਕਤੀ ਵੀ ਉਪਸਥਿਤ ਥੇ। ਵਹੀਂ ਡਾਕਟਰ ਗੁਰਪ੍ਰੀਤ ਕੌਰ ਕਾ ਸਪਸ਼ਟ ਸੰਦੇਸ਼ ਥਾ ਕਿ ਜਨਤਾ ਕੋ ਆਪਣੇ ਨੇਤਾਓਂ ਕੇ ਕਾਰਿਓਂ ਔਰ ਵਾਇਦੋਂ ਕੋ ਧਿਆਨ ਮੇਂ ਰੱਖਤੇ ਹੋਏ ਮਤਦਾਨ ਕਰਨਾ ਚਾਹੀਏ ਤਾਂ ਕਿ ਸਹੀ ਨੇਤ੍ਰਿਤਵ ਕਾ ਚੁਣਾਵ ਹੋ ਸਕੇ। ਜਲੰਧਰ ਸੇ ਹਲਚਲ ਕੇ ਲਈ ਕੈਮਰਾਮੈਨ ਰਜਨੀ ਸ਼ਰਮਾ ਕੀ ਰਿਪੋਰਟ। ਜ਼ਬਰਦਸਤੀ ਦੇ ਵਿੱਚ ਲਿਆ, 7 ਰੁਪਏ ਦੇ ਵਿੱਚ 3 ਵਾਰੀ ਐਮ ਐਲ ਏ ਬਣਾਇਆ, ਮੰਤਰੀ ਬਣਾਇਆ। ਉਹਦੇ ਤੋਂ ਬਾਅਦ ਅਸੀਂ ਚਾਹੁੰਦੇ ਹਾਂ ਕਿ ਜਿਹੜਾ
ਮਹਿੰਦਰ ਭਗਤ ਜੀ ਨੂੰ ਦੇਣਾ ਚਾਹੁੰਦੇ ਹਾਂ ਝਿੱਤ ਕੇ। ਇਸ ਕਰਕੇ ਭਰਾਵੋ ਕਿਤੇ ਗਲਤੀ ਨਾ ਕਰਿਓ, ਕਿਤੇ ਕੋਈ ਏਦਾਂ ਦਾ ਕੰਮ ਨਾ ਕਰਿਓ ਜਿਹਦੇ ਨਾਲ ਸਾਡਾ ਜਿਹੜਾ ਸੱਤ ਅੱਠ ਨਹੀਂ ਚਾਹੀਦੀ ਹੈ, ਜਿਹਦੇ ਵਿੱਚ ਸਾਡੇ ਭਗਤ ਜੀ ਝਿੱਤ ਕੇ ਜਾਣ। ਜਦੋਂ ਮੈਂ ਕਹਿੰਦੇ ਹੋਇਆ ਜੈ ਭੀਮ ਜੈ ਭਗਤ ਜੈ ਕਬੀਰ ਧੰਨ ਵੀਰ ਸਾਰਿਆਂ ਨੂੰ ਇੱਥੇ ਆਉਣ ਦੀ ਲੱਖ ਲੱਖ ਵਧਾਈ ਹੋਵੇ। दिन प्रतिदिन बढ़ रहे प्रदूषण और तपिश को देखते हुए वातावरण को बचाना बेहद ज़रूरी है, इसलिए प्रत्येक मनुष्य को एक पेड़ जरूर लगाना चाहिए ताकि हमारी आने वाली पीढ़ियों को शुद्ध वातावरण मिल सके। इसी उद्देश्य से फिरोजपुर जिला को हरा भरा सुंदर बनाने और वातावरण की देखभाल व शुद्धता के लिए प्रत्येक मनुष्य एक पेड़ लगाए। मुहिम की शुरुआत स्थानीय गुरुद्वारा सारागढ़ी साहिब में पेड़ लगाकर की गई। इस दौरान समाज सेवी संस्थाओं और लोगों को वातावरण की देखरेख के लिए इस मुहिम में शामिल होकर अधिक से अधिक पौधे लगाने का संदेश दिया गया। इस मौके पर फिरोजपुर शहरी विधायक रणबीर सिंह भुल्लर ने कहा कि मुख्यमंत्री पंजाब भगवंत सिंह मान के निर्देशानुसार पानी की शुद्धता और हरा भरा पंजाब बनाने के उद्देश्य से फिरोजपुर में प्रत्येक मनुष्य एक पौधा लगाई मुहिम की शुरुआत की गई है, जिसके तहत जिला के सभी 6 ब्लॉकों में लगभग 65 एकड़ जमीन पर रवायती पौधे लगाकर मिनी जंगल स्थापित किया जाएगा। इस मुहिम के तहत पंचायती जमीनों, सार्वजनिक स्थानों, धार्मिक स्थानों, स्कूल तथा शिक्षण संस्थानों आदि में मिनी जंगल लगाए जाएंगे। उन्होंने बताया कि इस मुहिम के तहत 6,50,000 से अधिक पौधे लगाए जाएंगे और पंचायतों, समाज सेवी संस्थाओं, धार्मिक संस्थाओं आदि को ये पौधे वन विभाग द्वारा बिल्कुल निःशुल्क उपलब्ध करवाए जाएंगे। इस अवसर पर डिप्टी कमिश्नर राजेश धीमान ने बताया कि मानसून सीजन के दौरान जिला में वन विभाग, राउंड क्लास फाउंडेशन, NGO के साथ मिलकर मिनी जंगल लगाया जाएगा। फिरोजपुर से हलचल के लिए मंजीत सिंह की रिपोर्ट। फिरोजपुर विखे हर मनुख लावे के रुख इस मुहिम की शुरुआत की गई है। ये शुरुआत अज फिरोजपुर विखे सारागढ़ी गुरुद्वारा साहब के कंपलैक्स में की गई। यह जी मुहिम है ये सारे ही शहर सारे पिंडों के जारी की जाएगी। असी विरासती रुख जो रवायती रुख ने वो लगावे तो ब्लॉकों के भी असी तकरीबन 65 एकड़ जमीन लभी है जिसे कि पंचायती होगी जिथे असी जंगल लावे। NGO के नाल साडा राबता होया है, उन्होंने प्रॉपर कंडियाली तार ला के गेट ला के ते साडे जिहड़े वर्कर ने उत्थे दी देखभाल करनगे, क्योंकि जिहड़ा साडा वातावरण है उन्हों बचाना साडा फर्ज़ भी बनता है, साडा धर्म है। इसलिए मैं सब नूं अपील कहांगा ते अपील करदा हाँ कि सारे जिहड़े साडे व्यक्ति ने ओह जिहड़ा वन विभाग तों बूटा ले सकदे हन, बूटे नूं फ्री दित्ते जाणगे समाज सेवी संस्थावां नूं, ते ओह ਵੱਧ ਤੋਂ ਵੱਧ ਬੂਟੇ ਲਾਉਣ ਅਤੇ ਸਾਡੀ ਜਿਹੜੀ ਧਰਤੀ ਹੈ ਇਸ ਨੂੰ ਬਚਾਉਣ, ਤਾਂ ਕਿ ਆਉਣ ਵਾਲੀ ਸਾਡੀ ਜਿਹੜੀਆਂ ਜਨਰੇਸ਼ਨਸ ਨੇ, ਸਾਡੇ ਬੱਚੇ ਨੇ, ਉਹ ਆਉਣ ਵਾਲੇ ਸਮੇਂ ਦੇ ਵਿੱਚ ਚੰਗੀ ਸਾਡੀ ਧਰਤੀ ਹੈ ਉਸਨੂੰ ਸਵਾਦ ਸਕਣ। ਇਹਨਾਂ ਸ਼ਬਦਾਂ ਦੇ ਨਾਲ ਮੈਂ ਸਭ ਦਾ ਧੰਨਵਾਦ ਕਰਦਾ ਹਾਂ। ਜੈ ਹਿੰਦ। ਇਤਿਹਾਸਿਕ ਗੁਰਦੁਆਰਾ ਸਾਹਿਬ ਸਾਰਾਗੜ੍ਹੀ ਸਾਹਿਬ ਇੱਕ ਜਨ ਇੱਕ ਪੌਦਾ ਲਗਾਵੇ ਮੁਹਿੰਮ ਸ਼ੁਰੂ ਕੀਤੀ ਗਈ, ਜਿਸ ਦੇ ਤਹਿਤ ਪੂਰੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਇਹ ਬੂਟੇ ਲਗਾਏ ਜਾਣਗੇ। ਉਹਨਾਂ ਦੇ ਵਿੱਚ ਸਾਰੇ SDM ਸਾਹਿਬ ਦੀ ਡਿਊਟੀ ਲਗਾਈ ਗਈ ਹੈ ਔਰ ਉਹਨਾਂ ਦੇ ਨਾਲ ਨਾਲ ਸਮਾਜ ਸੇਵੀ ਸੰਸਥਾਵਾਂ ਵੱਡੇ ਲੈਵਲ 'ਤੇ ਯੋਗਦਾਨ ਪਾ ਰਹੀਆਂ ਔਰ 6.5 ਲੱਖ ਰੁੱਖ ਲਗਾਉਣ ਦਾ ਟੀਚਾ ਪੂਰੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਹੈ।
ਔਰ ਉਹਨੂੰ ਬਲਾਕ ਪੱਧਰ 'ਤੇ ਬਲਾਕ ਅਫਸਰ ਸੈਕਟਰੀ ਸਾਹਿਬਾਨ ਔਰ ਜਿਹੜੀਆਂ ਸਾਡੀਆਂ ਪੰਚਾਇਤਾਂ ਅਤੇ ਹੋਰ ਨੁਮਾਇੰਦੇ ਆ ਉਹ ਪੂਰੇ ਜ਼ਿਲ੍ਹੇ ਦੇ ਅਲੱਗ ਅਲੱਗ ਖੇਤਰਾਂ ਦੇ ਵਿੱਚ ਇਹ ਬੂਟੇ ਲਗਾਉਣਗੇ ਔਰ ਤਕਰੀਬਨ 65 ਏਕੜ ਜਿਹੜਾ ਆ ਜ਼ਮੀਨ ਉਹ ਡੀ ਸੀ ਸਾਹਿਬ ਨੇ ਅਲੱਗ ਅਲੱਗ ਥਾਵਾਂ ਤੋਂ ਕੀਤੀ ਆ ਪੰਚਾਇਤਾਂ ਤੋਂ ਪ੍ਰਾਪਤ ਕੀਤੀ ਆ ਔਰ ਉਹਦੇ ਵਿੱਚ ਛੋਟੇ ਜਿਹੜੇ ਜੰਗਲ ਰੁੱਖਾਂ ਦੇ ਉਹ ਬਣਾਏ ਜਾਣਗੇ ਸੋ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੀ ਅਗਵਾਈ ਦੇ ਵਿੱਚ ਜਿੱਥੇ ਪੂਰੇ ਪੰਜਾਬ ਦੇ ਵਿੱਚ ਜ਼ਬਰਦਸਤ ਕੰਮ ਕਰ ਰਹੀ ਹੈ ਉੱਥੇ ਪੌਣ ਪਾਣੀ ਦਾ ਖਿਆਲ ਰੱਖਦਿਆਂ ਹੋਇਆਂ ਮੁੱਖ ਮੰਤਰੀ ਸਾਹਿਬ ਦੇ ਆਦੇਸ਼ ਨੇ ਕਿ ਇਹ ਬੂਟੇ ਉਹਨਾਂ ਥਾਵਾਂ 'ਤੇ ਹੀ ਲਗਾਏ ਜਾਣ ਜਿੱਥੇ ਵੱਡੇ ਹੋ ਸਕਦੇ ਆ ਪਲ ਸਕਦੇ ਆ ਸਮਝ ਸਕਦੇ ਆ ਨਾ ਕਿ ਸਿਰਫ ਬੂਟੇ ਲਗਾਉਣ ਤੱਕ ਮੁਹਿੰਮ ਆ ਇਹਨਾਂ ਨੂੰ ਸੰਭਾਲ ਕੇ ਅੱਗੇ ਚਲਾਉਣ ਤੱਕ ਦੀ ਜਿਹੜੀ ਇਹ ਮੁਹਿੰਮ ਆ ਔਰ ਸਾਡੇ SDM ਸਾਹਿਬ DC ਸਾਹਿਬ ਸਾਡੇ GA ਸਾਹਿਬ ਔਰ ਅੱਜ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਹਿਬ ਹੋਰ ਸਾਡੇ ਜਿੰਨੇ ਵੀ ਬਲਾਕ ਪ੍ਰਧਾਨ ਨੇ ਉਹ ਵੀ ਸ਼ਾਮਿਲ ਹੋਏ ਆ ਇਸ ਮੁਹਿੰਮ ਦੇ ਵਿੱਚ ਔਰ ਮੈਂ ਸਮਝਦਾ ਕਿ ਇਸ ਮੁਹਿੰਮ ਨੂੰ ਲਗਾਤਾਰ ਅਸੀਂ ਜਾਰੀ ਰੱਖਾਂਗੇ ਔਰ ਸਾਡੇ ਅਫਸਰ ਸਾਹਿਬਾਨ ਦੀਆਂ ਸੇਵਾਵਾਂ ਲੈਂਦੇ ਹੋਏ ਇਸ ਏਰੀਏ ਨੂੰ ਹਰਿਆ ਭਰਿਆ ਅਤੇ ਪ੍ਰਫੁੱਲਿਤ ਕਰਾਂਗੇ ਔਰ ਮੈਂ ਸਮਝਦਾ ਵੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਾਡੀ ਸਾਰੀ ਜਿਹੜੀ ਫੋਰੈਸਟ ਡਿਪਾਰਟਮੈਂਟ ਦੀ ਟੀਮ ਆ ਉਹ ਵੀ ਮਿਹਨਤ ਕਰ ਰਹੀ ਹੈ ਔਰ ਅਸੀਂ ਇਸ ਨੂੰ ਬੜੇ ਪੰਜਾਬ ਲੈਵਲ 'ਤੇ ਸਭ ਤੋਂ ਅੱਗੇ ਮੋਹਰੀ ਫਿਰੋਜ਼ਪੁਰ ਜ਼ਿਲ੍ਹੇ ਨੂੰ ਬਣਾਵਾਂਗੇ ਇਹਨਾਂ ਹੀ ਸ਼ਬਦਾਂ ਦੇ ਨਾਲ ਤੁਹਾਡੇ ਜਿੰਨੇ ਤੁਸੀਂ ਪੱਤਰਕਾਰ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰਥਮ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਕਾ ਪ੍ਰਕਾਸ਼ ਪਰਵ ਮਨਾ ਨਿਕਲੀ ਸ਼੍ਰੋਮਣੀ ਕਮੇਟੀ ਕੀ ਔਰ ਸੇ ਸਿੱਖ ਸ਼ਰਧਾਲੂਓਂ ਕਾ ਜਥਾ ਗੁਰਦੁਆਰਾ ਸ਼੍ਰੀ ਨਨਕਾਨਾ ਸਾਹਿਬ ਪਾਕਿਸਤਾਨ ਮੇਂ ਨਵੰਬਰ 2024 ਮੇਂ ਭੇਜਾ ਜਾਏਗਾ ਇਸ ਸੰਬੰਧ ਮੇਂ ਸ਼੍ਰੋਮਣੀ ਕਮੇਟੀ ਕੀ ਔਰ ਸੇ ਵੀਜ਼ਾ ਪ੍ਰਕਿਰਿਆ ਸ਼ੁਰੂ ਕੀ ਗਈ ਹੈ ਜਿਸਕੇ ਤਹਿਤ ਸ਼ਰਧਾਲੂ ਆਪਣੀ ਪਾਸਪੋਰਟ 10 ਅਗਸਤ 2024 ਤੱਕ ਜਮ੍ਹਾਂ ਕਰਵਾ ਸਕੇਂਗੇ ਇਸ ਮੌਕੇ ਪਰ ਸ਼੍ਰੋਮਣੀ ਕਮੇਟੀ ਕੇ ਸਚਿਵ ਪ੍ਰਤਾਪ ਸਿੰਘ ਨੇ ਬਤਾਇਆ ਕਿ ਹਰ ਵਰਸ਼ ਕੀ ਤਰ੍ਹਾਂ ਸ਼੍ਰੋਮਣੀ ਕਮੇਟੀ ਕੀ ਔਰ ਸੇ ਸ਼੍ਰੀ ਗੁਰੂ ਨਾਨਕ ਦੇਵ ਜੀ ਕੇ ਪ੍ਰਕਾਸ਼ ਪਰਵ ਕੇ ਮੌਕੇ ਪਰ ਇੱਕ ਜੱਥਾ ਪਾਕਿਸਤਾਨ ਭੇਜਿਆ ਜਾਏਗਾ ਉਹਨਾਂ ਨੇ ਬਤਾਇਆ ਕਿ ਜੋ ਸ਼ਰਧਾਲੂ ਇਸ ਇਤਿਹਾਸਿਕ ਪਰਵ ਕੇ ਮੌਕੇ ਪਰ ਪਾਕਿਸਤਾਨ ਸਥਿਤ ਗੁਰਦੁਆਰਾ ਸ਼੍ਰੀ ਨਨਕਾਨਾ ਸਾਹਿਬ ਸਹਿਤ ਅਨਿਆ ਗੁਰੂ ਧਾਮੋਂ ਕੇ ਦਰਸ਼ਨ ਕਰਨਾ ਚਾਹਤੇ ਹੈ ਵੀ ਆਪਣੇ ਪਾਸਪੋਰਟ ਸ਼੍ਰੋਮਣੀ ਕਮੇਟੀ ਕੇ ਖੇਤਰ ਸਦੱਸਯ ਕੀ ਸਿਫਾਰਿਸ਼ ਸਹਿਤ 10 ਅਗਸਤ ਤੱਕ ਸ਼੍ਰੋਮਣੀ ਕਮੇਟੀ ਕੇ ਕਾਰਯਾਲੇ ਮੇਂ ਯਾਤਰਾ ਵਿਭਾਗ ਮੇਂ ਭੇਜੇ ਉਹਨਾਂ ਨੇ ਕਿਹਾ ਕਿ ਪਾਸਪੋਰਟ ਕੇ ਸਾਥ ਪਹਿਚਾਣ ਕੇ ਸਬੂਤ ਕੇ ਤੌਰ ਪਰ ਆਧਾਰ ਕਾਰਡ ਜਾਂ ਵੋਟਰ ਕਾਰਡ ਕੀ ਫੋਟੋ ਕਾਪੀ ਲਗਾਉਣਾ ਜ਼ਰੂਰੀ ਹੈ ਵੀ ਉਹਨਾਂ ਨੇ ਸੰਗਤੋਂ ਸੇ ਅਪੀਲ ਕੀ ਕਿ ਵੇ ਸਮੇਂ ਪਰ ਆਪਣੇ ਪਾਸਪੋਰਟ ਔਰ ਦਸਤਾਵੇਜ਼ ਸ਼੍ਰੋਮਣੀ ਕਮੇਟੀ ਕੋ ਭੇਜ ਦੇ ਤਾਂ ਕਿ ਵੀਜ਼ਾ ਪ੍ਰਕਿਰਿਆ ਪੂਰੀ ਕਰਨੇ ਕੇ ਲਈ ਅਗਲੀ ਕਾਰਵਾਈ ਕੀ ਜਾ ਸਕੇ ਅੰਮ੍ਰਿਤਸਰ ਸੇ ਹਲਚਲ ਕੇ ਲਈ ਸੁਨੀਲ ਖੋਸਲਾ ਕੀ ਰਿਪੋਰਟ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਹਰ ਸਾਲ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਕਰਨ ਲਈ ਵਿਸ਼ੇਸ਼ ਜਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜਿਆ ਜਾਂਦਾ ਇਸ ਵਾਰ ਵੀ ਇਹ ਜਥਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜਿਆ ਜਾ ਰਿਹਾ ਇਸ ਜਥੇ ਲਈ ਜਿਹੜੇ ਪਾਸਪੋਰਟ ਆ ਉਹ 10/8/2024 ਤੱਕ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿਫਾਰਿਸ਼ ਅਤੇ ਆਧਾਰ ਕਾਰਡ ਵੋਟਰ ਕਾਰਡ ਜਾਂ ਜਿਹੜਾ ਵੀ ਕੋਈ ਸ਼ਨਾਖਤੀ ਕਾਰਡ ਨਾਲ ਹੋਵੇ ਉਹ ਨਾਲ ਲਾ ਕੇ 10/8/2024 ਤੱਕ ਸ਼੍ਰੋਮਣੀ ਕਮੇਟੀ ਦਫ਼ਤਰ ਭੇਜਿਆ ਜਾਵੇ ਤਾਂ ਜੋ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੀ ਸੰਗਤ ਜਿਹੜੀ ਉਹਨਾਂ ਦੀ ਲਿਸਟਾਂ ਤਿਆਰ ਕਰਕੇ
ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਭੇਜੀਆਂ ਜਾਣ ਤਾਂ ਜੋ ਸਮੇਂ ਸਿਰ ਵੀਜ਼ੇ ਮਿਲ ਸਕਣ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਜਿਹੜੇ ਉਹ ਪਾਸਪੋਰਟ ਆਪਣੇ ਹਲਕਾ ਮੈਂਬਰ ਸਾਹਿਬ ਦੀ ਸਿਫਾਰਸ਼ ਸਹਿਤ 10/8/2024 ਤੱਕ ਦਫ਼ਤਰ ਸ਼੍ਰੋਮਣੀ ਕਮੇਟੀ ਭੇਜਣ ਦੀ ਖੇਚਲ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਤਰਰਾਸ਼ਟਰੀ ਪੋਲੀਥੀਨ ਬੈਗ ਮੁਕਤ ਦਿਵਸ ਪਰ ਜਲੰਧਰ ਕੇ ਜੋਤੀ ਚੌਂਕ ਮੇ ਤੀਰਾਂ ਤੀਰਾਂ ਹੱਟੀ ਐਨ ਜੀ ਓ ਦੁਆਰਾ 500 ਹਸਤ ਨਿਰਮਿਤ ਕੱਪੜੇ ਔਰ ਜੂਟ ਕੇ ਥੈਲੇ ਮੁਫਤ ਵੰਡੇਗੀ। ਇਸ ਕਾਰਜਕ੍ਰਮ ਮੇ ਵਿਸ਼ੇਸ਼ ਅਤਿਥੀ ਕੇ ਰੂਪ ਮੇ ਡੀ ਐਸ ਪੀ ਸਪੈਸ਼ਲ ਬ੍ਰਾਂਚ ਭਰਤ ਮਸੀਹ ਉਪਸਥਿਤ ਥੇ, ਜਿਨ੍ਹੋਂਨੇ ਤੀਰਾਂ ਤੀਰਾਂ ਹੱਟੀ ਕੇ ਇਸ ਮਹੱਤਵਪੂਰਨ ਪ੍ਰਯਾਸ ਕੀ ਭਰਪੂਰ ਪ੍ਰਸ਼ੰਸਾ ਕੀ। ਤੋ ਵਹੀਂ ਤੀਰਾਂ ਤੀਰਾਂ ਹੱਟੀ ਐਨ ਜੀ ਓ ਕੇ ਅਧਿਕਸ਼ ਤਰਵਿੰਦਰ ਸਿੰਘ ਰਿੰਕੂ ਨੇ ਬਤਾਇਆ ਕਿ ਇਹ ਕੱਪੜੇ ਕੀ ਥੈਲੀ ਗਰੀਬ ਔਰ ਜ਼ਰੂਰਤਮੰਦ ਮਹਿਲਾ ਦੁਆਰਾ ਸਿਲੇ ਗਏ ਹੈ। ਐਨ ਜੀ ਓ ਇਨਹੇ ਕਾਮ ਦੇਕਰ ਉਨਕੇ ਪਰਿਵਾਰੋਂ ਕੇ ਲੀਏ ਆਜੀਵਿਕਾ ਕਾ ਸਾਧਨ ਪ੍ਰਦਾਨ ਕਰਤਾ ਹੈ, ਜਿਸਸੇ ਉਨਹੇ ਆਰਥਿਕ ਸਹਾਇਤਾ ਮਿਲਤੀ ਹੈ। ਵਹੀਂ ਉਨ੍ਹੋਂਨੇ ਕਿਹਾ ਕਿ ਉਨਕਾ ਉਦੇਸ਼ ਪਰਿਆਵਰਨ ਕੋ ਸਵੱਛ ਰੱਖਣਾ ਔਰ ਪਲਾਸਟਿਕ ਬੈਗ ਕੇ ਉਪਯੋਗ ਕੋ ਕਮ ਕਰਨਾ ਹੈ। ਵਹੀਂ ਤੇਰਾਂ ਤੇਰਾਂ ਹੱਟੀ ਪਿਛਲੇ 6 ਵਰਸ਼ੋ ਸੇ ਅੰਤਰਰਾਸ਼ਟਰੀ ਪੋਲੀਥੀਨ ਬੈਗ ਮੁਕਤ ਅਭਿਆਨ ਮਨਾ ਰਹੀ ਹੈ ਔਰ ਇਸ ਪ੍ਰਯਾਸ ਕੇ ਤਹਿਤ ਸ਼ਹਿਰ ਵਾਸੀਓ ਮੇਂ ਜਾਗਰੂਕਤਾ ਫੈਲਾ ਰਹੀ ਹੈ। ਇਸ ਮੌਕੇ ਪਰ ਅਮਰਪ੍ਰੀਤ ਸਿੰਘ, ਗੁਰਦੀਪ ਸਿੰਘ ਕਾਰਮਾ, ਜਸਵਿੰਦਰ ਸਿੰਘ ਪਨੇਸਰ, ਪਰਮਿੰਦਰ, ਅਮਨਦੀਪ ਸਿੰਘ, ਜਤਿੰਦਰਪਾਲ ਸਿੰਘ ਕਪੂਰ, ਲਖਵਿੰਦਰ ਸਿੰਘ, ਸਨੀ ਗੁਗਨਾਨੀ ਔਰ ਅਨੇ ਸਦੱਸਿਆ ਵੀ ਉਪਸਥਿਤ ਥੇ। ਤੇਰਾ ਤੇਰਾ ਹੱਟੀ ਕੇ ਇਨ ਪ੍ਰਯਾਸੋ ਸੇ ਨਾ ਕੇਵਲ ਪਰਿਆਵਰਨ ਕੋ ਲਾਭ ਪਹੁੰਚ ਰਹਾ ਹੈ ਬਲਕਿ ਸਮਾਜ ਕੇ ਕਮਜ਼ੋਰ ਵਰਗੋਂ ਕੋ ਰੋਜ਼ਗਾਰ ਕੀ ਅਵਸਰ ਵੀ ਮਿਲ ਰਹੀ ਹੈ। ਇਸ ਪ੍ਰਕਾਰ ਇਹ ਐਨ ਜੀ ਓ ਸਮਾਜਿਕ ਔਰ ਪਰਿਆਵਰਨੀ ਦੋਨੋਂ ਮੋਰਚੋਂ ਪਰ ਮਹੱਤਵਪੂਰਨ ਯੋਗਦਾਨ ਦੇ ਰਹੀ ਹੈ। ਜਲੰਧਰ ਸੇ ਹਲਚਲ ਕੇ ਲਈ ਕੈਮਰਾਮੈਨ ਰਜਨੀਸ਼ ਸ਼ਰਮਾ ਕੀ ਰਿਪੋਰਟ। ਬਰਨਾਲਾ ਕੇ ਸ਼ਹਿਰ ਤਪਾ ਮੰਡੀ ਮੇਂ ਖੇਤਰ ਕੇ ਪ੍ਰਸਿੱਧ ਸੰਤ ਔਰ ਮਹਾਨ ਤਪਸਵੀ ਸੰਤ ਚਿਤਾਨੰਦ ਆਲੀਕੇ ਵਾਲੋਂ ਕੀ 22ਵੀਂ ਪੁੰਨਿਅਤਿਥੀ ਨਿਕਟਵਰਤੀ ਗਾਉਂ ਆਲੀਕੇ ਜੈਮਲ ਸਿੰਘ ਵਾਲਾ ਮੇਂ ਉਨਕੇ ਤਪ ਅਸਥਾਨ ਪਰ ਬੜੀ ਹੀ ਧੂਮਧਾਮ ਏਵਮ ਸ਼ਰਧਾ ਸੇ ਮਨਾਈ ਗਈ। ਇਸ ਮੌਕੇ ਪਰ ਸੰਤ ਚਿਤਾਨੰਦ ਗੋਸ਼ਾਲਾ ਪ੍ਰਬੰਧਕ ਕਮੇਟੀ ਕੇ ਅਧਿਕਸ਼ ਅਮਰਜੀਤ ਸਿੰਘ ਧਾਲੀਵਾਲ ਨੇ ਬਤਾਇਆ ਕਿ ਪੁੰਨਿਅਤਿਥੀ ਕੇ ਮੌਕੇ ਪਰ ਰਾਗੀ ਸਿੰਘੋ ਦੁਆਰਾ ਰਸਭਿੰਨ ਕੀਰਤਨ ਕਰਨੇ ਕੇ ਬਾਅਦ ਸ਼੍ਰੀ ਅਖੰਡ ਪਾਠ ਕੇ ਭੋਗ ਡਾਲੇਗੀ। ਇਸ ਮੌਕੇ ਪਰ ਕਵੀਸ਼ਰ ਮਾਸਟਰ ਭੀਮ ਮੋੜ ਨੇ ਆਪਣੇ ਜੱਥੇ ਸਹਿਤ ਬਾਬਾ ਜੀ ਕੇ ਜੀਵਨ ਪਰ ਆਧਾਰਿਤ ਕਵਿਸ਼ਰੀ ਪੇਸ਼ ਕੀ। ਇਸ ਮੌਕੇ ਪਰ ਤਪਾ ਔਰ ਆਸ ਪਾਸ ਕੇ ਗਾਉਂ ਕੇ ਲੋਕ ਔਰ ਸੰਤ ਜੀ ਕੇ ਪੈਰੋਕਾਰ ਵ ਸ਼ਰਧਾਲੂ ਬੜੀ ਸੰਖਿਆ ਮੇਂ ਉਨਕੀ ਸਮਾਧੀ ਪਰ ਨਤਮਸਤਕ ਹੋਏ ਔਰ ਆਸ਼ੀਰਵਾਦ ਪ੍ਰਾਪਤ ਕੀਆ। ਉਨ੍ਹੋਂਨੇ ਬਤਾਇਆ ਕਿ ਇਸ ਮੌਕੇ ਪਰ ਇੱਕ ਚਿਕਿਤਸਾ ਸ਼ਿਵਰ ਕਾ ਆਯੋਜਨ ਕੀਆ ਗਿਆ, ਜਿਸਮੇਂ ਜ਼ਰੂਰਤਮੰਦ ਮਰੀਜ਼ੋਂ ਕਾ ਨਿਰੀਕਸ਼ਣ ਕੀਆ ਗਿਆ ਔਰ ਉਨ੍ਹੇ ਨਿਸ਼ੁਲਕ ਦਵਾਈਆਂ ਵੀ ਦੀ ਗਈ। ਤੋ ਵਹੀਂ ਕਾਰਜਕ੍ਰਮ ਕੇ ਅੰਤ ਮੇਂ ਗੁਰੂ ਕਾ ਲੰਗਰ ਵੀ ਅਤੁੱਟ ਚਲਾਇਆ ਗਿਆ। ਗੌਰਤਲਬ ਰਹੇ ਕਿ ਬਾਬਾ ਜੀ ਕਈ ਰੂਟੋਂ ਪਰ ਬੱਸੇ ਵੀ ਚਲਾਤੇ ਥੇ ਔਰ ਇਨਕੀ ਆਮਦਨੀ ਸੀ ਗੋਸ਼ਾਲਾ ਚਲਾਤੇ ਥੇ, ਇਸ ਲਈ ਬਾਬਾ ਜੀ ਕੋ ਬਸਮ ਵਾਲਾ ਬਾਬਾ ਵੀ ਕਿਹਾ ਜਾਤਾ ਥਾ ਔਰ ਆਜ ਵੀ ਇਹ ਬਸੇ ਉਨਕੇ ਨਿਸ਼ਾਨੀ ਕੇ ਰੂਪ ਮੇਂ ਵਹਾਂ ਖੜੀ ਹੈ। ਇਸ ਮੌਕੇ ਪਰ ਅਜਮੇਰ ਸਿੰਘ ਭੋਲਾ, ਬਲਜਿੰਦਰ ਕੁਮਾਰ, ਪ੍ਰੇਮਚੰਦ, ਗੋਪਾਲ ਕ੍ਰਿਸ਼ਨ, ਇੰਜੀਨੀਅਰ ਗੁਰਦੀਪ ਸਿੰਘ, ਹਰਦੀਪ ਸਿੰਘ ਢਿੱਲੋਂ, ਪਰਮਜੀਤ ਸਿੰਘ ਪੱਪੂ, ਗਿੰਦੂ ਧਾਲੀਵਾਲ, ਦਰਸ਼ਨ ਸਿੰਘ ਗਿਆਨੀ, ਬਾਬੀ ਸਿੰਘ ਬੁਗਰਾ, ਕਾਲਾ ਸਿੰਘ, ਸ਼ਿੰਗਾਰਾ ਸਿੰਘ, ਸੁਰਜੀਤ ਸਿੰਘ, ਬੇਅੰਤ ਸਿੰਘ ਵੀ ਉਪਸਥਿਤ ਰਹੇ। ਬਰਨਾਲਾ ਸੇ ਹਲਚਲ ਕੇ ਲਈ ਵਿਨੋਦ ਸ਼ਰਮਾ ਕੀ ਰਿਪੋਰਟ। ਅਮਰਜੀਤ ਸਿੰਘ ਜੀ, ਤੁਸੀਂ ਪ੍ਰਧਾਨ ਹੋ ਇਸ ਕਮੇਟੀ ਦੇ ਅਤੇ ਹਰ ਸਾਲ ਇਹ ਬਾਬਾ ਜੀ ਦੀ ਬਰਸੀ ਮਨਾਉਂਦੇ ਹੋ, ਕਿੰਨੀਆਂ ਬਰਸੀਆਂ ਹੋ ਚੁੱਕੀਆਂ ਅਤੇ ਇਹ ਕਿੰਨਾ ਕੁ ਉਤਸ਼ਾਹ ਹੈ ਲੋਕਾਂ ਨੂੰ, ਕਿੰਨਾ ਕੁ ਤੁਹਾਨੂੰ ਸਹਿਯੋਗ ਮਿਲ ਰਿਹਾ? ਜੋ ਕਿ ਬਾਬਾ ਚਿਤਾਨੰਦ ਜੀ ਦੇ ਉੱਚੀ 2 ਦੇ ਵਿੱਚ ਵਰਗੀਨ ਹੋਈ ਸੀਗੀ, ਜੋ ਕਿ ਉਹਨਾਂ ਦੀ 22ਵੀਂ ਬਰਸੀ ਮਨਾਈ ਜਾਂਦੀ ਹੈ। ਸੋ ਸਾਰੀਆਂ ਹੀ ਸਮੂਹ ਸੰਗਤਾਂ ਵੱਲੋਂ, ਸਾਹ ਸੰਗਤ ਵੱਲੋਂ ਇੱਥੇ ਹੋਰ ਨਹਾ ਕੇ ਆਪਣੀ ਸਰਕਾਰ ਕੀਤੀ ਜਾਂਦੀ ਹੈ।
ਉਹ ਸਾਰਾ ਕੁਝ ਸਹਿਯੋਗ ਹੈ ਸਭ ਸੰਗਤਾਂ ਵੱਲੋਂ ਔਰ ਸਾਰੇ ਹੀ ਸੰਗਤ ਵੱਲੋਂ ਪੰਜਾਬੀਆਂ ਵੱਲੋਂ ਪਿੰਡ ਆਲੀ ਕੇ ਪੰਡਿਤ ਜੈਵ ਸਿੰਘ ਵੱਲੋਂ ਸਾਰੇ ਸੰਗਤਾਂ ਵੱਲੋਂ ਬਹੁਤ ਬਹੁਤ ਸਹਿਯੋਗ ਦਿੱਤਾ ਜਾਂਦਾ ਹੈ। ਸੋ 22ਵੀਂ ਵਰਸੀ ਤੋਂ ਇਲਾਵਾ ਉਸ ਤੋਂ ਇਲਾਵਾ ਵੀ ਗੁਰਪੁਰਬ ਦੇ ਉੱਪਰ ਪੰਜ ਲੜਕੇ ਦੇ ਵਿਆਹ ਕੀਤੇ ਜਾਂਦੇ ਹਨ। ਤਕਰੀਬਨ ਸਾਨੂੰ ਉਹ ਵੀ ਐਤਕੀ ਚੌਥਾ ਸਾਲ ਹੋ ਚੁੱਕਾ ਜੋ ਕਿ ਗੁਰਪੁਰਬ ਵੇਲੇ ਇੱਥੇ ਸਾਰੇ ਇਲਾਕੇ ਵਿੱਚੋਂ ਲੋੜਵੰਦ ਲੜਕੇ ਸਾਦੀਆਂ ਕਰਕੇ ਉਹਨਾਂ ਨੂੰ ਘਰੇਲੂ ਸਮਾਨ ਦਿੱਤਾ ਜਾਂਦਾ ਹੈ ਔਰ ਸਹਿਬ ਸਿੰਘ ਗੁਰਦੁਆਰਾ ਸਾਹਿਬ ਦੇ ਪ੍ਰਕਾਸ਼ ਕਰਵਾ ਕੇ ਉਹਦੇ ਆਨੰਦ ਕਾਰਜ ਕਰਵਾ ਕੇ ਉਹਨਾਂ ਨੂੰ ਇੱਥੋਂ ਵਿਦਾ ਕੀਤਾ ਜਾਂਦਾ ਹੈ। ਪੂਰਾ ਘਰੇਲੂ ਸਮਾਨ ਦੇ ਕੇ ਪੂਰੀ ਸਾਹ ਸੰਗਤ ਵੱਲੋਂ ਪੂਰਾ ਸਹਿਯੋਗ ਹੈ। ਬਾਬਾ ਜੀ ਦੀ ਸ਼ਖਸੀਅਤ ਬਾਰੇ ਦੱਸੋ ਜੀ ਕੋਈ। ਬਾਬਾ ਜੀ ਇੰਨੇ ਪ੍ਰਸਿੱਧ ਨੇ, ਉਹਨਾਂ ਦੀਆਂ ਇੱਥੇ ਲੋਕਾਂ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ, ਐਡਾ ਵੱਡਾ ਇਕੱਠ ਹੁੰਦਾ ਉਹਨਾਂ 'ਚ, ਇਹੋ ਜਿਹੇ ਕੀ ਗੁਣ ਸੀ? ਬਾਬਾ ਜੀ ਦੇ ਸਾਰੇ ਗੁਣ ਸੀ, ਉਹ ਰੱਬ ਰੂਪ ਸੀਗੇ, ਫਕਰ ਸਾਧੂ ਸੀਗੇ, ਗਰੀਬ ਵਾਸਤੇ ਖੜ੍ਹਦੇ ਸਨ। ਉਹਨਾਂ ਨੇ ਜੋ ਉਹ ਵਚਨ ਕੱਢਿਆ, ਜੋ ਮੁੱਖ ਦੇ ਵਿੱਚੋਂ ਵਾਕ ਦਿੱਤਾ ਅਤੇ ਉਹੀ ਪੂਰਾ ਹੁੰਦਾ ਸੀ ਉਹਨਾਂ ਦਾ। ਬਾਕੀ ਇੱਥੇ ਸਾਰੇ ਹੀ ਇੱਥੇ ਆਸ਼ੀਰਵਾਦ ਲੈਣ ਆਉਂਦੇ ਸਨ, ਮਹਾਂਪੁਰਸ਼ਾਂ ਦੇ ਅਫਸਰ ਸਾਹਿਬਾਨ, ਲੀਡਰ ਸਾਹਿਬਾਨ ਔਰ ਇਲਾਕੇ ਦੀ ਸੰਗਤ ਸਾਰੀ ਇੱਥੇ ਸੰਗਤ ਕਰਦੇ ਸੀ। ਮਹਾਂਪੁਰਸ਼ਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਸੀ, ਜੋ ਬੇਨਤੀ ਕਰਦੇ ਸੀ ਉਹਨਾਂ ਦੀ ਮਹਾਂਪੁਰਸ਼ ਪ੍ਰਵਾਨ ਕਰਦੇ ਸੀ ਔਰ ਉਹਨਾਂ ਨੂੰ ਇੱਥੋਂ ਮਤਲਬ ਕਿ ਫਲ ਮਿਲਦਾ ਸੀਗਾ। ਕੋਈ ਵੀ ਇੱਥੇ ਜਿਹੜਾ ਮਹਾਂਪੁਰਸ਼ ਸਥਾਨ 'ਤੇ ਆ ਖਾਲੀ ਨਹੀਂ ਗਿਆ, ਪੂਰੀਆਂ ਉਹਨਾਂ ਦੀਆਂ ਮੰਗਾਂ ਔਰ ਪੂਰੀਆਂ ਦੁਆਵਾਂ ਸਵਾਮੀ ਚੇਤਨ ਮਹਾਰਾਜ ਆਪਣੇ ਸੇਵਾ ਦਾ ਵਾਚਨ ਉਹਨਾਂ ਅਟੱਲ ਸਨ। ਔਰ ਮਾਂ ਬੰਗਲਾ ਮੁਖੀ ਧਾਮ ਗੁਲਮੋਹਰ ਸਿਟੀ ਨਜ਼ਦੀਕ ਲੰਮਾ ਪਿੰਡ ਚੌਂਕ ਚ ਆਨੰਦ ਮਈ ਮਾਂ ਬੰਗਲਾ ਮੁਖੀ ਜੀ ਕੀ ਨਿਯਮਿਤ ਸ਼ਰੰਖਲਾਬੱਧ ਸਪਤਾਹਿਕ ਦਿਵਯ ਹਵਨ ਯੱਗ ਕਾ ਆਯੋਜਨ ਕੀਆ ਗਿਆ। ਸਰਵ ਪ੍ਰਥਮ ਬ੍ਰਹਮਣੋ ਦੁਆਰਾ ਮੁਖ ਯਜਮਾਨ ਰੂਪਮ ਪ੍ਰਭਾਕਰ ਸੇ ਵਿਧੀਵਤ ਛੋਟਸ਼ੋਪਚਾਰ ਪੂਜਨ, ਨਵਗ੍ਰਹਿ ਪੂਜਨ, ਪੰਚੋਪਚਾਰ ਪੂਜਨ ਉਪਰੰਤ ਸਭ ਪਰਿਵਾਰ ਹਵਨ ਯੱਗ ਮੇ ਆਹੂਤੀਆਂ ਡਲਵਾਈ ਗਈ। ਤੋ ਵਹੀ ਮਾਂ ਬੰਗਲਾ ਮੁਖੀ ਜੀ ਕੇ ਨਿਯਮਿਤ ਹਵਨ ਯੱਗ ਮੇ ਆਹੂਤੀਆਂ ਡਲਵਾ ਕਰ ਸਿੱਧ ਮਾਂ ਬੰਗਲਾ ਮੁਖੀ ਧਾਮ ਕੇ ਪ੍ਰੇਰਕ ਪ੍ਰਵਕਤਾ ਨਵਜੀਤ ਭਾਰਦਵਾਜ ਜੀ ਨੇ ਦਿਵਯ ਹਵਨ ਯੱਗ ਪਰ ਉਪਸਥਿਤ ਸੰਗਤ ਕੋ ਈਸ਼ਵਰ ਔਰ ਉਸਕੀ ਸ਼ਕਤੀ ਕੇ ਬਾਰੇ ਮੇਂ ਵਿਆਖਿਆਨ ਕਰਤੇ ਹੋਏ ਕਿਹਾ ਕਿ ਪ੍ਰਤੇਕ ਧਰਮ ਮੇਂ ਪਰਮਪਿਤਾ ਪਰਮਾਤਮਾ ਕੋ ਕਿਸੀ ਨਾ ਕਿਸੀ ਰੂਪ ਮੇਂ ਮਾਨਾ ਔਰ ਪੂਜਾ ਜਾਤਾ ਹੈ, ਫਿਰ ਚਾਹੇ ਹਮ ਉਸੇ ਈਸ਼ਵਰ ਕਹੇ ਜਾਂ ਫਿਰ ਅੱਲਾ, ਉਸ ਪਰ ਕੀਆ ਗਿਆ ਅਤੂਟ ਵਿਸ਼ਵਾਸ ਹਮੇਂ ਜੀਵਨ ਜੀਣੇ ਕੀ ਸ਼ਕਤੀ ਔਰ ਸਹੀ ਦਿਸ਼ਾ ਪ੍ਰਦਾਨ ਕਰਤਾ ਹੈ। ਵਹੀ ਉਹਨੇ ਆਗੇ ਕਿਹਾ ਕਿ ਈਸ਼ਵਰ ਸੱਤ ਹੈ ਔਰ ਵੋ ਲੋਕੋ ਕੇ ਦਿਲੋਂ ਮੇਂ ਵਿਰਾਜਮਾਨ ਰਹਤੇ ਹੈ। ਈਸ਼ਵਰ ਕੇ ਪ੍ਰਤੀ ਸੱਚੀ ਸ਼ਰਧਾ ਏਵਮ ਵਿਸ਼ਵਾਸ ਬਣੀ ਰਹਿਣ ਪਰ ਉਨਕੀ ਅਵਸ਼ਯ ਕਿਰਪਾ ਬਰਸਤੀ ਹੈ। ਇਸ ਅਵਸਰ ਪਰ ਪੂਨਮ ਪ੍ਰਭਾਕਰ, ਸਰੋਜ ਬਾਲਾ, ਸੁਨੀਤਾ ਕੁੰਬਲ, ਧਰਮਪਾਲ, ਅਮਰਜੀਤ ਸਿੰਘ, ਰਾਕੇਸ਼ ਪ੍ਰਭਾਕਰ, ਸਮੀਰ ਕਪੂਰ, ਅਮਰਿੰਦਰ ਕੁਮਾਰ ਸ਼ਰਮਾ, ਰੋਹਿਤ ਭਾਟੀਆ, ਮਨੀਸ਼ ਸ਼ਰਮਾ, ਪ੍ਰਦੀਪ, ਪ੍ਰਵੀਨ, ਲੱਕੀ, ਸੁਨੀਲ ਜੱਗੀ, ਅਸ਼ੋਕ ਕੁਮਾਰ, ਦੀਪਕ, ਪ੍ਰਿੰਸ ਕੁਮਾਰ ਠਾਕੁਰ, ਬਲਦੀਪ ਸਿੰਘ ਸਹਿਤ ਭਾਰੀ ਸੰਖਿਆ ਮੇਂ ਭਕਤਜਨ ਉਪਸਥਿਤ ਰਹੇ। ਵਹੀ ਹਵਨ ਯੱਗ ਉਪਰੰਤ ਵਿਸ਼ਾਲ ਲੰਗਰ ਭੰਡਾਰੇ ਕਾ ਆਯੋਜਨ ਵੀ ਕੀਆ ਗਿਆ। ਜਲੰਧਰ ਸੇ ਹਲਚਲ ਕੇ ਦੀ ਕੈਮਰਾਮੈਨ ਸੁਰੇਂਦਰ ਬਾਵਾ ਕੀ ਰਿਪੋਰਟ। ਯਦ ਭਦ੍ਰੰ ਤੰਨਯਾ ਸੁਭਾ
ਸ਼ਿਵ ਸ਼ਕਤੀ ਮਾਂ ਬੰਗਲਾਮੁਖੀ ਮੰਦਿਰ ਦਰਬਾਰ ਨਗਰ ਐਕਸਟੈਂਸ਼ਨ ਗਰੋਵਰ ਕਾਲੋਨੀ ਜਲੰਧਰ ਵਿੱਚ ਮਾਂ ਬੰਗਲਾਮੁਖੀ ਜੀ ਦੇ ਨਿਮਿਤ ਸਪਤਾਹਿਕ ਹਵਨ ਯੱਗ ਕੀਆ ਗਿਆ। ਇਸ ਮੌਕੇ ਪਰ ਸਰਵ ਪ੍ਰਥਮ ਸੁਬਹੇ ਮਾਂ ਬੰਗਲਾਮੁਖੀ ਜੀ ਕੇ ਹਵਨ ਯੱਗ ਕਾ ਆਯੋਜਨ ਕੀਆ ਗਿਆ, ਜਿਸ ਮੇਂ ਮੰਦਿਰ ਕੇ ਸੰਚਾਲਕ ਹੈਪੀ ਬਾਬਾ ਨੇ ਆਏ ਹੋਏ ਯਜਮਾਨੋ ਸੇ ਵਿਧੀਵਤ ਮੰਤਰੋਚਾਰਨ ਕਰ ਹਵਨ ਯੱਗ ਮੇਂ ਹੂਤੀਆਂ ਡਾਲ ਯੱਗ ਕੋ ਸੰਪੰਨ ਕਰਵਾਇਆ। ਇਸ ਮੌਕੇ ਪਰ ਮੰਦਿਰ ਪ੍ਰਬੰਧਕ ਕਮੇਟੀ ਕੇ ਪ੍ਰਧਾਨ ਪ੍ਰਵੀਨ ਕਤਿਆਲ ਸੋਨੂ, ਹੈਪੀ ਬਾਬਾ ਆਚਾਰਿਆ ਸ਼੍ਰੀ ਵਿਜੇ ਸ਼ਾਸਤਰੀ, ਵਿੱਕੀ ਵਿੱਚ ਬੱਬਾ ਉਂਗਰਾਲ, ਅਮਿਤ ਗੁਜਰਾਲ, ਅਜੇ ਨਾਰੰਗ, ਰਾਹੁਲ ਚੱਡਾ, ਜੀ ਐੱਸ ਨੰਦਾ, ਮਨੋਜ ਚੱਡਾ, ਦੀਪਾਂਸ਼ੂ, ਰੋਕੀ ਖੁਰਾਨਾ, ਵੰਦਨਾ ਸ਼ਰਮਾ, ਨਿਧੀ ਸ਼ਰਮਾ, ਰਾਧਿਕਾ ਮਹਾਜਨ, ਸਿਮਰਨ ਚੱਡਾ, ਐਡਵੋਕੇਟ ਸਿਮਰਨ ਭੱਲਾ ਸਹਿਤ ਅਸੰਖਯ ਭਕਤਜਨ ਉਪਸਥਿਤ ਰਹੇ। ਅੰਤ ਮੇਂ ਵਿਸ਼ਾਲ ਭੰਡਾਰੇ ਕਾ ਆਯੋਜਨ ਵੀ ਕੀਆ ਗਿਆ। ਜਲੰਧਰ ਸੇ ਹਲਚਲ ਦੀ ਕੈਮਰਾਮੈਨ ਜਗਮੋਹਨ ਕੀ ਰਿਪੋਰਟ। ਔਰ ਅਬ ਅੰਤ ਮੇਂ ਹਲਚਲ ਕੀ ਗਤੀਵਿਧੀਆਂ ਪਰ ਇੱਕ ਨਜ਼ਰ ਫਿਰ ਸੇ। ਅੰਮ੍ਰਿਤਸਰ ਕੈਂਟ ਮੇਂ ਨਸ਼ੇ ਕੀ ਓਵਰਡੋਜ਼ ਕੀ ਵਜਹ ਸੇ ਇੱਕ ਨੌਜਵਾਨ ਕੀ ਹੋਈ ਮੌਤ, ਪੁਲਿਸ ਜਾਂਚ ਮੇਂ ਜੁਟੀ। ਜਲੰਧਰ ਸੇ ਸਾਂਸਦ ਚਰਨਜੀਤ ਸਿੰਘ ਚੰਨੀ ਨੇ ਕਾਂਗਰਸੀ ਉਮੀਦਵਾਰ ਕੇ ਹੱਕ ਮੇਂ ਮਿੱਠੂ ਬਸਤੀ ਮੇਂ ਚਲਾਇਆ ਡੋਰ ਟੂ ਡੋਰ ਸੰਪਰਕ ਅਭਿਆਨ, ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ਕੀ ਦੀ ਮੰਗੀ ਵੋਟ। ਜਲੰਧਰ ਪਸ਼ਚਿਮ ਚੁਣਾਵੋ ਕੇ ਸੰਦਰਭ ਮੇਂ ਮੁੱਖ ਮੰਤਰੀ ਪੰਜਾਬ ਕੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਭਾਰਗਵ ਕੈਂਪ ਮੇਂ ਨੁੱਕੜ ਸਭਾ ਕੋ ਕੀਆ ਸੰਬੋਧਿਤ, ਆਪ ਉਮੀਦਵਾਰ ਮੋਹਿੰਦਰ ਭਗਤ ਕੋ ਵੋਟ ਡਾਲਨੇ ਕੀ ਅਪੀਲ। इसके साथ ही अब तक की गतिविधियां समाप्त होती हैं और ताज़ा जानकारी के लिए देखते रहिए हलचल।